ਵਾਲੀ ਗੱਲ ਗੁਰਬਾਣੀ ਚੋਂ ਭੇਦ ਗੁਰਬਾਣੀ ਪੜ੍ਹੀ ਹੈ ਬੁੱਝੀ ਹੈ ਨਹੀਂ ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ ਪੂਰਨ ਬ੍ਰਹਮ ਕਾਹਦਾ ਜਦ ਇੱਕ ਪੂਰਨ ਬ੍ਰਹਮ ਹੈ ਜਾਂ ਦਾਲ ਹੈ ਅੰਦਰਲਾ ਜਿਹੜਾ ਹੈਗਾ ਉਹ ਪ੍ਰਾਤਮਾ ਜੀ ਨੂੰ ਕਹਿੰਦੇ ਨੇ ਜਿਹੜਾ ਇਹਦਾ ਮੂਲ ਹੈ ਜੀਵ ਦਾ ਉਹ ਬ੍ਰਹਮ ਹੈ ਇਹ ਬ੍ਰਹਮ ਹੈ ਇਹ ਬ੍ਰਹਮਾ ਜਦ ਹੋਜੂਗਾ ਜਦ ਬ੍ਰਹਮ ਚ ਲੀਨ ਹੋਊ ਜਿੰਨਾ ਚਿਰ ਬ੍ਰਹਮਾ ਨਹੀਂ ਹੁੰਦਾ ਉਹਨਾਂ ਚਿਰ ਬ੍ਰਹਮ ਲੀਨ ਨਹੀਂ ਹੁੰਦਾ ਜੀਵ ਆਤਮਾ ਬ੍ਰਹਮਾ ਦਾ ਬ੍ਰਹਮਾ ਹੋ ਕੇ ਹੀ ਬ੍ਰਹਮ ਚ ਲੀਨ ਹੋਊਗਾ ਬ੍ਰਹਮਾ ਵਰਗਾ ਹੋ ਕੇ ਜਿਹੜਾ ਦੇਹ ਚ ਬੋਲਦਾ ਨਾ ਇਹ ਬ੍ਰਹਮ ਵਰਗਾ ਹੋ ਕੇ ਹੀ ਬ੍ਰਹਮ ਚ ਲੀਨ ਹੋਊ ਬ੍ਰਹਮ ਗਿਆਨੀ ਹੋ ਕੇ ਹੀ ਬ੍ਰਹਮ ਚ ਲੀਨ ਹੋਊ ਬ੍ਰਹਮ ਦਾ ਗਿਆਨ ਜਦ ਆਪਣੇ ਮੂਲ ਦਾ ਇਹਨੂੰ ਗਿਆਨ ਹੋਜੂ ਜਦੇ ਬ੍ਰਹਮ ਚ ਲੀਨ ਹੋਊ ਬ੍ਰਹਮ ਚ ਲੀਨ ਵੀ ਕੀ ਹੋਊ ਜਿਹ ਚ ਲੀਨ ਹੋਣਾ ਜੇ ਉਹਦਾ ਗਿਆਨ ਹੀ ਨਹੀਂ ਹੈ ਲੀਨ ਕੀ ਚ ਹੋਊਗਾ ਬ੍ਰਹਮਾ ਦੀ ਨਿਸ਼ਾਨੀ ਕੀ ਹੈ ਬ੍ਰਹਮਾ ਕਦ ਹੋਊਗਾ ਇਹ ਹੁਣ ਸਵਾਲ ਇਹ ਬ੍ਰਹਮਾ ਕਦ ਹੋਊਗਾ ਕਿਵੇਂ ਹੋਊਗਾ ਬ੍ਰਹਮਾ ਜਾਣੂਗਾ ਜਦ ਆਪਣੇ ਆਪ ਨੂੰ ਜਾਣ ਲਊਗਾ ਜਾਂ ਬ੍ਰਹਮ ਹੋਊਗਾ ਬੱਬਾ ਬ੍ਰਹਮ ਜਾਣੈ ਸੇ ਬ੍ਰਹਮੇ ਜਿਹਨਾਂ ਨੇ ਆਪਣਾ ਮੂਲ ਪਛਾਣ ਲਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦ ਜਿਹਨੇ ਆਪਣਾ ਮੂਲ ਪਛਾਣ ਲਿਆ ਉਹ ਬ੍ਰਹਮ ਜਿਹਨੇ ਆਪਣਾ ਮੂਲ ਪਛਾਣ ਲਿਆ ਉਹ ਬ੍ਰਹਮਾ ਔਰ ਉਹ ਹੋ ਜਾਣਾ ਬ੍ਰਹਮ ਚ ਲੀਨ ਉਹਨੇ ਹੋ ਜਾਣਾ ਇੱਕ ਇੱਕ ਹੋ ਕੇ ਦੋਏ ਜਦ ਇੱਕ ਹੋਣਗੇ ਫਿਰ ਪੂਰਨ ਬ੍ਰਹਮ ਨੇ ਨਾ ਬ੍ਰਹਮ ਇਕੱਲਾ ਪੂਰਨ ਬ੍ਰਹਮ ਹੈ ਨਾ ਬ੍ਰਹਮਾ ਪੂਰਨ ਬ੍ਰਹਮ ਦਾਲ ਨੇ ਦੋਏ ਦੋਏ ਦਾਲ ਜਦ ਹੋਣਗੇ ਨਾ ਇਕੱਠੇ ਫਿਰ ਇਹ ਪੂਰਨ ਬ੍ਰਹਮ ਉਹਦੇ ਬਾਅਦ ਫਿਰ ਇਹਨੇ ਉਗਣੇ ਹੀ ਉਗਣੇ ਬਿਰਸ਼ ਰੂਪ ਬਣਨ ਇਹਦੇ ਵਿੱਚੋਂ ਸ਼ਬਦ ਪ੍ਰਗਟ ਹੋਣਾ ਐਂ ਕਹਿ ਲਓ ਇਹ ਥੰਮ ਹੈ ਉਦੋਂ ਇਹੀ ਥੰਮ ਨੇ ਇਹ ਥੰਮ ਹੋ ਗਿਆ ਥੰਮ ਗਿਆ ਮਨ ਰੁਕ ਗਿਆ ਮਨ ਮੰਦਰ ਮੈਂ ਮਨਸਾ ਮਨ ਦੀ ਇੱਛਾ ਥੰਮ ਗਈ ਉਹ ਪਾੜ ਕੇ ਹੀ ਬਿਰਸ਼ ਰੂਪ ਬਣਨੇ ਇਹਦੇ ਵਿੱਚੋਂ ਹੀ ਸ਼ਬਦ ਪੈਦਾ ਹੋਣਾ ਉਹਨਾਂ ਕਹਿੰਦੇ ਨਾ ਉਹਨੂੰ ਬਚਾਇਆ ਪ੍ਰਹਲਾਦ ਕੇ ਮਾਰਿਆ ਪ੍ਰਹਲਾਦ ਬਚਾਇਆ ਥੰਮ ਪਾੜ ਕੇ ਸੱਚ ਪ੍ਰਹਲਾਦ ਦੇ ਵਿੱਚੋਂ ਹੀ ਪੈਦਾ ਹੋਇਆ ਪ੍ਰਹਲਾਦ ਅਵਤਾਰ ਹੋਇਆ ਨਰਸਿੰਘਾ ਨਰ ਕੀ ਹੈ ਨਰ ਤਾਂ ਆਦਮੀ ਹੁੰਦਾ ਸਿੰਘ ਹੁੰਦਾ ਨਿਰਭੈ ਬੋਲਦਾ ਰਾਜੇ ਨੂੰ ਬੋਲਦਾ ਨਿਰਭੈ ਹੋ ਕੇ ਉਹ ਡਰਦਾ ਨਹੀਂ ਨਾ ਰਾਜੇ ਤੋਂ ਮੌਤ ਦਾ ਭੈ ਦਿੰਦਾ ਡਰਦਾ ਨਹੀਂ ਹੈ ਬਸ ਉਹੀ ਸਿੰਘ ਨਰਸਿੰਘਾ ਅਵਤਾਰ ਹੈ ਹੁਣ ਡਰਦੇ ਰਹੇ ਨੇ ਡਰਦਾ ਹੀ ਨਹੀਂ ਉਹ ਨਿਰਭੈ ਹੋ ਗਿਆ ਡਰਦੇ ਰੂਪ ਜਦ ਉਹ ਨਿਰਭੈ ਹੋ ਜਾਂਦਾ ਹੈ ਚਾਹੇ ਛੋਟਾ ਬੱਚਾ ਹੋਵੇ ਚਾਹੇ ਵੱਡਾ ਹੋਵੇ ਸਾਹਿਬਜ਼ਾਦੇ ਕੱਢੇ ਕੱਢੇ ਤੇ ਨਿਰਭੈ ਹੋ ਗਏ ਤੁਸੀਂ ਮਿਸਾਲ ਹੈ ਸਾਡੇ ਕੋਲ ਹਾਜ਼ਰ ਜੇ ਕੋਈ ਸ਼ੰਕਾ ਕਰਦਾ ਤਾਂ ਸਾਡੇ ਕੋਲ ਹਾਜ਼ਰ ਮਿਸਾਲ ਹੈਗੀ ਇਹ ਨਰਸਿੰਘ ਦਾ ਹੀ ਅਵਤਾਰ ਸੀ ਤੁਸੀਂ ਸਿੰਘ ਵੀ ਸੀ ਨਰ ਵੀ ਸੀਗੇ ਇੱਕ ਹੋਇਆ ਤਾਂ ਉਗਵ ਇੱਕ ਹੋਇਆ ਹੋਇਆ ਪੂਰਨ ਬ੍ਰਹਮ ਜਦੋਂ ਇਹਦੇ ਨਾਮ ਬਿਰਸ਼ ਰੂਪ ਬਣ ਜਾਂਦਾ ਇਹ ਚੋਂ ਨਾਮ ਪੈਦਾ ਹੋ ਜਾਂਦਾ ਇਹਦੇ ਵਿੱਚੋਂ ਉਗਦੀ ਹੈ ਬਾਣੀ ਅੰਦਰੋਂ ਪੈਦਾ ਹੁੰਦੀ ਹੈ ਤੁਰਕੀ ਬਾਣੀ ਆਉਂਦੀ ਹੈ ਜਦ ਉਦੋਂ ਇਹ ਪਾਰ ਬ੍ਰਹਮ ਮਾਇਆ ਤੋਂ ਪਰੇ ਹੈ ਫਿਰ ਮਾਇਆ ਦੇ ਅੰਦਰ ਨਹੀਂ ਫਿਰ ਹਰ ਦਰਗਾਹ ਕੀਆਂ ਬਾਤਾਂ ਨਾਨਕ ਸੁਣਾ ਉਹ ਅਵਸਥਾ ਪਾਰ ਬ੍ਰਹਮ ਦੀ ਪਾਰ ਬ੍ਰਹਮ ਦੇ ਰੂਪ ਦੇ ਵਿੱਚ ਉਹ ਜਿਹੜਾ ਹੁਕਮ ਹੈ ਉਹੀ ਪਾਰ ਬ੍ਰਹਮ ਸਾਰੇ ਹੁਕਮ ਦੇ ਵਿੱਚ ਲੀਨ ਨਾਨਕ ਲੇਖੇ ਇੱਕ ਗੱਲ ਗੱਲ ਇੱਕ ਹੀ ਰਹਿ ਗਈ ਹੁਕਮ ਹੀ ਰਹਿ ਗਿਆ ਸਾਰਿਆਂ ਦੀ ਗੱਲ ਸੋਚ ਇੱਕ ਹੋ ਗਈ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਖਣਾ ਆਪਣੀ ਆਪਣੀ ਜਿਹੜੀ ਮੱਤ ਹੈ ਹੋਮੇ ਦੀ ਗੱਲ ਹੈ ਜਿਹੜੀ ਸ਼ਬਦ ਦੇ ਨਾਲ ਜੁੜ ਕੇ ਗੱਲ ਹੈ ਬੁਲਾਇਆ ਬੋਲਦਾ ਜਦ ਫਿਰ ਇੱਕ ਗੱਲ ਹੈ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਦੀ ਇੱਕ ਗੱਲ ਹੈ ਜਿਨ੍ਹਾਂ ਦੀਆਂ ਦੂਜੀਆਂ ਮੱਤਾਂ ਨੇ ਉਹਨਾਂ ਦੀ ਆਪਣੀ ਆਪਣੀ ਮੱਤ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਦੋਹੇ ਤੇਤੀ
ਜਿਹੜੇ ਬੁਲਾਏ ਬੋਲੇ ਨੇ ਉਹਨਾਂ ਨੇ ਇੱਕੋ ਹੀ ਗੱਲ ਬਿਆਨ ਕੀਤੀ ਹੈ, ਇੱਕੋ ਹੀ ਮਤ ਬਿਆਨ ਕੀਤੀ ਹੈ, ਇੱਕੋ ਹੀ ਰੂਪ ਬਿਆਨ ਕੀਤਾ, ਇੱਕੋ ਹੀ ਰੰਗ ਬਿਆਨ ਕੀਤਾ, ਇੱਕੋ ਹੀ ਗੱਲ ਕਹੀ ਹੈ, ਦੂਜਿਆਂ ਦੀਆਂ ਫਿਰ ਬਿੰਦ। ਨਾਉ ਤੇਰਾ ਨਿਰੰਕਾਰ ਹੈ, ਨਾ ਲਈ ਹੈ ਨਰਕ ਨਾ ਜਾਈ ਹੈ। ਇਹਦਾ ਆਪਣਾ ਨਾਂ ਨਿਰੰਕਾਰ ਹੈ, ਬੁੱਧੀ ਬੋਲਦੀ ਹੈ, ਸੰਬੋਧਨ ਕਰਦੀ ਹੈ। ਜਦ ਇੱਕ ਮਨ ਹੋ ਗਿਆ ਨਾ, ਜਦ ਇੱਕ ਹੋ ਗਿਆ, ਦਰਸ਼ਨ ਕਰ ਲਿਆ, ਫਿਰ ਕਹਿੰਦੀ ਹੈ ਤੇਰਾ ਨਾਂ ਨਿਰੰਕਾਰ ਹੈ, ਤੈਨੂੰ ਇਹ ਨਿਰੰਕਾਰ ਕਹਿੰਦੇ ਨੇ। ਇਸੇ ਨੂੰ ਸੰਬੋਧਨ ਕਰਦੀ ਹੈ ਬੁੱਧੀ, ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਜੇ ਨਾਂ ਲੈ ਲਈਏ ਤੇਰਾ, ਤੇਰਾ ਨਾਂ, ਤੇਰਾ ਨਾਂ ਮੇਰਾ ਨਾਂ ਹੋ ਜਾਵੇ। ਜਿਹਨੇ ਨਾਂ ਨਿਰੰਕਾਰ ਦਾ ਲੈ ਲਿਆ, ਜਿਹੜਾ ਨਿਰੰਕਾਰ ਬਣ ਗਿਆ, ਇਹ ਕਹਿ ਲਓ ਜਿਹਦਾ ਨਾਂ ਨਿਰੰਕਾਰ ਹੋ ਗਿਆ, ਉਹਦਾ ਨਾਂ ਨਿਰੰਕਾਰ ਦਾ ਨਾਂ ਮਿਲ ਗਿਆ ਉਹਨੂੰ। ਜਿਹੜਾ ਨਿਰੰਕਾਰ ਹੋ ਗਿਆ, ਇੱਕ ਹੋ ਗਿਆ, ਉਹੀ ਨਿਰੰਕਾਰ ਹੈ ਨਾ। ਜਿਹੜਾ ਇੱਕ ਹੋ ਗਿਆ ਦੂਏ ਲਫ਼ਜ਼ਾਂ 'ਚ, ਫਿਰ ਉਹ ਮਾਇਆ 'ਚ ਨਹੀਂ ਜਾਂਦਾ, ਫਿਰ ਉਹਦੀ ਅਵਸਥਾ ਨਰਕ ਨਾ ਜਾਈ ਹੈ, ਫਿਰ ਉਹ ਮਾਇਆ ਦਾ ਜਿਹੜਾ ਨਰਕ ਹੈ ਇਹ 'ਚ ਨਹੀਂ ਡੁੱਬਦਾ ਨਹੀਂ ਹੈ। ਮਾਇਆ ਦੀ ਭੁੱਖ ਇੱਛਾ ਉਹਦੇ ਅੰਦਰ ਜਾਗਦੀ ਹੋਈ ਨਹੀਂ, ਫਿਰ ਫਿਰ ਕੋਈ ਖਤਰਾ ਹੀ ਨਹੀਂ ਹੈ ਉਹਨੂੰ। ਉਹਦੀ ਬੁੱਧੀ ਦਾ ਲੈਵਲ ਥੱਲੇ ਨੂੰ ਜਾਂਦਾ ਹੀ ਨਹੀਂ, ਟਿਕ ਜਾਂਦਾ ਉੱਥੇ, ਉਹਦੀ ਬੁੱਧੀ ਟਿਕ ਜਾਂਦੀ, ਇੱਕੋ ਰੰਗ 'ਚ ਰਹਿੰਦਾ, ਬਹੁ ਰੰਗੀ ਹੁੰਦਾ ਹੀ ਨਹੀਂ। ਨਾਮ ਦੇ ਰੰਗ ਦੇ ਵਿੱਚ ਟਿਕ ਜਾਂਦਾ, ਨਾ ਲਈਏ ਨਰਕ ਨਾ ਜਾਈਏ। ਜਿਉ ਪਿੰਡ ਸਭ ਤਿਸਦਾ, ਅਸਲ ਜਿਹੜਾ ਨਰਕ ਲਫ਼ਜ਼ ਹੈ, ਨਰਕ ਦਾ ਮਤਲਬ ਹੈ ਨਹਿ ਘਰ, ਆਪਣੇ ਘਰ ਤੋਂ ਬਾਹਰ ਚਲਿਆ ਜਾਣਾ, ਆਪਣੇ ਘਰ ਦਾ ਤਿਆਗ ਕਰ ਦੇਣਾ, ਆਪਣਾ ਘਰ ਛੱਡ ਦੇਣਾ। ਸਵਰਗ ਸਵੈ ਘਰ, ਆਪਣਾ ਘਰ ਨਿੱਜ ਘਰ, ਉਹ ਆਪਣੇ ਘਰ ਚੋਂ, ਆਪਣੇ ਘਰ ਤੋਂ ਪਰਦੇਸ਼ ਜਾਂਦਾ ਹੀ ਨਹੀਂ, ਯਾਨੀ ਹਿਰਦੇ ਚੋਂ ਤ੍ਰਿਕੁਟੀ ਜਾਂਦਾ ਹੀ ਨਹੀਂ। ਤ੍ਰਿਕੁਟੀ ਜਾਊ ਮਾਇਆ ਜੜੂ, ਤ੍ਰਿਕੁਟੀ ਦੇ ਵਿੱਚ ਜਾਣਾ, ਨਰਕ 'ਚ ਜਾਣਾ। ਜਿਹੜੇ ਬੰਦੇ ਤ੍ਰਿਕੁਟੀ ਨੂੰ, ਦਿਮਾਗ ਨੂੰ ਸਮਝਦੇ ਨੇ ਨਾ, ਦਸਮ ਦੁਆਰ, ਉਹ ਨਰਕੀ ਜੀਵ ਨੇ ਸਾਰੇ, ਉਹ ਤਾਂ ਨਰਕੀ ਨੇ। ਇੱਥੇ ਹੀ ਹੋਸ਼ ਆਉਂਦੀ ਆਦਮੀ ਨੂੰ, ਜਿੰਨਾ ਚਿਰ ਸੁੱਤਾ ਹੋਇਆ ਹੋਸ਼ ਉਹਨੂੰ, ਮਾੜੀ ਮੋਟੀ ਜਿਹੜੀ ਉਹਦੀ ਅਵਸਥਾ ਨਾ ਸੁਪਨੇ ਦੀ, ਅਰਧ ਚੇਤਨ ਅਵਸਥਾ ਸੁਪਨੇ ਦੀ ਹੁੰਦੀ ਹੈ। ਸੁਪਨਾ ਵਰਗਾ ਉਹਨਾਂ ਦੀ ਪੁਜੀਸ਼ਨ ਦਿਮਾਗ 'ਚ ਜਾ ਕੇ ਬਣਦੀ ਹੈ। ਦਿਮਾਗ ਤੋਂ ਬਿਨਾਂ ਉਹ ਪੱਥਰ ਹੁੰਦੇ ਨੇ, ਅਚੇਤ ਅਵਸਥਾ 'ਚ ਜੜ੍ਹ।